स्वागत है। अज असी मिलन जा रहे हैं समाइल डेंटल क्लीनिक जिहड़ा कि लोगों को समाइलिंग दिंदा समाइला और उत्थों दे डॉक्टर आदमजीत जी नाल गल करन जा रहे हैं। डॉक्टर साहब स्वागत है साडे स्पैशल शो च। थैंक यू वेरी मच। असा एक जमाना जदों कि हरेक बंदा जिहड़ा हैगा यह सोचता हुंदा सीगा वी जदों जदों आपां बुढ़े होई जांदे आ ते दंद जिहड़े निकली जांदे आ, यह धारणा हुंदी सी जिवें जिवें बंदा बुढ़ा हो गया उवें बंदे दे जिहड़े दंद जिहड़े सारे खत्म हो जाणगे। लेकिन अज उस दे उल्ट ਜਦੋਂ ਜਦੋਂ ਬੰਦਾ ਬੁੱਢਾ ਵੀ ਹੁੰਦਾ ਤੁਸੀਂ ਦੰਦਾਂ ਨੂੰ ਜਿਹੜੇ ਵੀ ਦੰਦ ਹੁੰਦੇ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਦੰਦਾਂ ਨੂੰ ਬਚਾ ਰਹੇ ਹੋ, ਰੀਪਲਾਂਟ ਕਰ ਰਹੇ ਹੋ, ਪਲਾਂਟੇਸ਼ਨ ਕਰ ਰਹੇ ਹੋ, ਉਹਨਾਂ ਦੀ ਇੰਪਲਾਂਟ ਕਰ ਰਹੇ ਹੋ ਦੰਦਾਂ ਨੂੰ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਮਿੱਥ ਹੈ, ਮੇਰਾ ਇੱਕ ਹੋਰ ਵੀ ਕਈ ਵਾਰੀ ਇੰਟਰਵਿਊ ਹੋਇਆ ਸੀਗਾ, ਉੱਥੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਵੀ ਜਿਹੜੇ ਦੰਦ ਹੁੰਦੇ ਨੇ ਉਹ ਕਿੰਨੇ ਚਿਰ ਤੱਕ ਚੱਲਦੇ ਨੇ, ਅਤੇ ਉੱਥੇ ਮੇਰਾ ਜਵਾਬ ਸੀ ਇਹਨਾਂ ਦੰਦਾਂ ਨੂੰ ਕਹਿੰਦੇ ਕੀ ਹੈ। ਮੈਂ ਉਹਨਾਂ ਨੂੰ ਉਲਟਾ ਕੇ ਪੁੱਛਿਆ ਸੀ ਐਂਕਰ ਨੂੰ, ਤਾਂ ਉਹਨੇ ਕਿਹਾ ਇਸ ਨੂੰ ਪਰਮਾਨੈਂਟ ਟੁੱਥ ਕਹਿੰਦੇ ਆ। ਮੈਂ ਕਿਹਾ ਪਰਮਾਨੈਂਟ ਦਾ ਕੀ ਮਤਲਬ ਹੁੰਦਾ? ਉਹ ਕਹਿੰਦੇ ਵੀ ਜੋ ਹਮੇਸ਼ਾ ਨਾਲ ਚੱਲਣ, ਅਤੇ ਮੈਂ ਕਿਹਾ ਰੱਬ ਨੇ ਤਾਂ ਐਂ ਹੀ ਦਿੱਤੇ ਸੀ ਆਪਾਂ ਨੂੰ ਕਿ ਉਹ ਪਰਮਾਨੈਂਟ ਟੁੱਥ ਦੀ ਤਰੀਕੇ ਨਾਲ ਉਹ ਵਰਕ ਕਰਨ। ਬਟ ਹੋਇਆ ਕੀ ਕਿ ਅਸੀਂ ਉਹਦੀ ਕੇਅਰ ਨਹੀਂ ਕੀਤੀ। ਅਸੀਂ ਕਹਿ ਕੇ ਵੀ ਚਲੋ ਰੱਬ ਨੇ ਦਿੱਤੇ ਆ, ਫ੍ਰੀ 'ਚ ਹੈਗੇ, ਅਸੀਂ ਐਜ਼ ਅ ਗਿਫਟ ਲੈ ਲਿਆ ਉਹਨੂੰ, ਅਤੇ ਅਸੀਂ ਉਸਦੀ ਕੇਅਰ ਨਹੀਂ ਕੀਤੀ। ਜਦੋਂ ਅਸੀਂ ਉਸਦੀ ਕੇਅਰ ਨਹੀਂ ਕੀਤੀ ਤਾਂ ਉਹ ਫਾਲ ਡਾਊਨ ਹੋ ਗਏ, ਠੀਕ ਹੈ, ਡੈਫੀਨੇਟਲੀ ਹੋਣੇ ਸੀਗੇ। ਹੁਣ ਉਸਦੀ ਜਦੋਂ ਇੱਕ ਦੰਦ ਫਾਲ ਡਾਊਨ ਹੁੰਦਾ, ਹੁੰਦਾ ਕੀ ਹੈ ਕਿ ਬਾਕੀ ਦੰਦਾਂ ਦੇ ਵਿੱਚ ਜਿਹੜੇ ਫੋਰਸਿਸ ਡਿਵਾਈਡ ਹੁੰਦੇ ਆ ਔਰ ਜਿਹੜੀ ਉਹਨਾਂ ਦੀਆਂ ਮਸੂੜੇ ਦੀ ਕੰਡੀਸ਼ਨ ਹੈ ਉਹਦੇ ਕਰਕੇ ਉਹ ਇੱਕ ਲਾਈਨ ਜੀ ਲੱਗ ਜਾਂਦੀ ਹੈ। ਜਿੱਦਾਂ ਵਿਕਟਾਂ ਗਿਰਦੀਆਂ ਨਾ, ਲਾਈਨ ਲੱਗ ਜਾਂਦੀ ਹੈ, ਉੱਥੇ ਹੀ ਵੀ ਲਾਈਨ ਲੱਗ ਜਾਂਦੀ ਹੈ। ਸੋ ਵਾਟ ਹੈਪਨਸ ਕਿ ਵੀ ਅਗਰ ਆਪਾਂ ਇੱਕ ਨੂੰ ਵੀ ਰਿਪਲੇਸ ਕਰਦੀ ਹੈ, ਇੱਕ ਟੁੱਥ ਨੂੰ ਵੀ, ਅਤੇ ਬਾਕੀਆਂ ਦੀ ਲਾਈਫ ਆਟੋਮੈਟਿਕਲੀ ਇਨਕਰੀਜ਼ ਹੋ ਜਾਂਦੀ ਹੈ। ਦੈਟਸ ਵਾਈ ਅਸੀਂ ਹੁਣ ਅੱਜ ਕੱਲ੍ਹ 'ਤੇ ਬਹੁਤ ਜ਼ੋਰ ਦਿੰਦੇ ਹਾਂ ਕਿ ਤੁਹਾਡਾ ਇੱਕ ਵੀ ਦੰਦ ਗਿਰਿਆ, ਫਾਲ ਡਾਊਨ ਹੋਇਆ, ਕਾਇੰਡਲੀ ਉਹਨੂੰ ਰਿਪਲੇਸ ਕਰਾਓ। ਔਰ ਖਾਸ ਕਰਕੇ ਜਦੋਂ ਮੋਲਰਸ ਹੁੰਦੇ ਆ, ਮੋਲਰਸ ਪਿੱਛੇ ਵਾਲੇ ਜਾੜਾ, ਉਹ ਬਹੁਤ ਮਜ਼ਬੂਤ ਹੁੰਦੀਆਂ, ਆਪਣੇ 'ਤੇ ਤਕਰੀਬਨ 50% ਤੋਂ ਜ਼ਿਆਦਾ ਪ੍ਰੈਸ਼ਰ ਲੈਂਦੀਆਂ, ਔਰ ਅਗਰ ਉਹ ਇੱਕ ਵੀ ਫਾਲ ਡਾਊਨ ਹੋ ਗਈ, ਆਪਾਂ ਰਿਪਲੇਸ ਨਹੀਂ ਕਰਾਈ, ਤਾਂ ਡੈਫੀਨੇਟਲੀ ਉਹਦਾ ਅਸਰ, ਸਿੰਪਲ ਗੱਲ ਹੈ ਵੀ ਚਾਰ ਚੁਫੇਰੇ ਲੱਗੀਆਂ ਹੋਈਆਂ ਆਪਣੀ ਦੀਵਾਰਾਂ, ਇੱਕ ਦੀਵਾਰ ਹੈ ਨਹੀਂ ਅਤੇ ਲੈਂਟਰ ਨੇ ਤਾਂ ਢਹਿਣਾ ਹੀ ਆ, ਠੀਕ ਹੈ, ਅਤੇ ਉਹ ਅਗਰ ਆਪਾਂ ਦੀਵਾਰ ਦੁਬਾਰਾ ਬਣਾ ਦਾਂਗੇ ਤਾਂ ਫਿਰ ਉਹਦੀ ਲਾਈਫ ਹੋ ਜਾਏਗੀ। ਬਸ ਸਿੰਪਲ ਜਿਹਾ ਲੋਜਿਕ ਹੈ, ਇਹਦੇ 'ਚ ਕੋਈ ਡੀਪ ਉਹ ਸਾਇੰਸ ਨਹੀਂ ਹੈ। ਦੇਖੋ ਗੱਲ ਸਿੰਪਲ ਹੈ, ਦੇਖੋ ਰੱਬ ਨੇ ਕਿੰਨੇ ਦਿੱਤੇ? 32 ਹੈ। ਆਪਾਂ ਕਹੀਏ ਕਿ 32 'ਚੋਂ ਚਲੋ 4 ਨਿਕਲ ਗਿਆ, 28, ਇਹਦਾ ਮਤਲਬ ਅਸੀਂ ਰੱਬ ਨੂੰ ਵੀ ਤਾਂ ਗਲਤ ਠਹਿਰਾ ਰਹੇ ਨਾ ਕਿ 32 ਦਿੱਤੇ ਫਾਲਤੂ ਤੂੰ ਦੇ ਦਿੱਤੇ 32, 28 ਦੇ ਦੇਣੇ ਸੀਗੇ, 4 ਘੱਟ ਗਏ ਤਾਂ ਕਿ ਕੰਮ ਤਾਂ ਚੱਲ ਰਿਹਾ ਸਾਡਾ। ਬਟ ਇਫ ਅਗਰ 32 ਦਿੱਤੇ ਆ ਤਾਂ ਉਹਦਾ ਕੋਈ ਮਕਸਦ ਹੈ ਨਾ ਉਹਦੇ ਪਿੱਛੇ, ਰੱਬ ਨੇ ਇਹਦਾ, ਆਪਾਂ ਡਾਊਟ ਕਰ ਰਹੇ ਨਾ ਗੋਡ ਦੇ, ਠੀਕ ਹੈ, ਅਤੇ ਉਹ ਚੀਜ਼ ਰਿਪਲੇਸ ਹੋਣਾ ਇਟਸ ਵੈਰੀ ਇੰਪੋਰਟੈਂਟ, ਔਰ ਹਰ ਇੱਕ ਬੋਡੀ ਦਾ ਪਾਰਟ ਦਾ ਇੱਕ ਰੋਲ ਆ, ਠੀਕ ਹੈ, ਅਤੇ ਉਸ ਰੋਲ ਨੂੰ ਉਸੇ ਤਰੀਕੇ ਨਾਲ ਪੇਸ਼ ਹੋਏਗਾ, ਕਿਉਂਕਿ ਦੰਦਾਂ ਦੇ ਵਿੱਚ ਵੀ ਦੇਖੀਏ ਤਾਂ ਆਪਾਂ ਸੈਂਟਰਲ ਜਿਹੜੇ ਦੰਦ ਨੇ ਉਹਦਾ ਅਲੱਗ ਰੋਲ ਹੈ, ਸਾਈਡ ਦੇ ਅਲੱਗ ਰੋਲ ਹੈ, ਫਿਰ ਪ੍ਰੀਮੋਲਰ ਛੋਟੀਆਂ ਜਾਣਾ ਜਿਹਨੂੰ ਕਹਿੰਦੇ, ਫਿਰ ਵੱਡੀਆਂ ਜਾਣਾ, ਫਿਰ ਅਕਲ ਜਾੜ, ਅਕਲ ਜਾੜ ਰੱਖਣੀ ਹੈ, ਕੱਢਣੀ ਆ, ਉਹ ਡਿਸੀਜਨ ਹੁੰਦਾ ਡੈਂਟਿਸਟ ਦਾ।
ਠੀਕ ਹੈ, ਤਾਂ ਉਹ ਸਪੈਸ਼ਲਾਈਜ਼ਡ ਡਿਵੀਜ਼ਨ ਹੈ, ਅਸੀਂ ਬੇਸਿਕ ਗੱਲ ਕਰ ਰਹੇ ਹਾਂ, ਅਤੇ ਉਹਦੇ ਵਿੱਚ ਅਸੀਂ ਆਲਮੋਸਟ ਜਿਹੜੇ ਸਾਰੇ ਦੰਦਾਂ ਦਾ ਰੋਲ ਹੈ, ਇਸ ਕਰਕੇ ਅਗਰ ਇੱਕ ਵੀ ਗਿਰ ਰਿਹਾ ਉਹਨੂੰ ਟਾਈਮਲੀ ਰਿਪਲੇਸ ਹੋਣਾ ਚਾਹੀਦਾ, ਦੈਟ ਇਜ਼ ਇੰਪੋਰਟੈਂਟ। ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਇੱਥੇ ਲੁਧਿਆਣੇ ਦੀ ਗੱਲ ਕਰਾਂ ਤਾਂ 15 ਸਾਲ ਹੋ ਗਏ ਮੈਨੂੰ, ਉਸ ਤੋਂ ਪਹਿਲਾਂ ਮੈਂ ਲਖਨਊ ਪ੍ਰੈਕਟਿਸ ਕਰਦਾ ਰਿਹਾ, 20 ਈਅਰਸ ਮੈਨੂੰ ਇਸ ਇੰਡਸਟਰੀ 'ਚ ਹੋ ਗਏ, ਮੋਰ ਦੈਨ ਦੈਟ। ਅਤੇ ਪਹਿਲਾਂ ਅਗਰ ਮੈਂ ਗੱਲ ਕਰਾਂ ਤਾਂ ਇਹ ਚੀਜ਼ਾਂ ਹੁੰਦੀਆਂ ਸੀ ਵੀ ਨਕਲੀ ਦੰਦ ਹੈ, ਪੱਥਰ ਦੇ ਹੈ, ਕਿੱਦਾਂ ਦੇ ਨੇ, ਇਹ ਸਾਰੀਆਂ ਚੀਜ਼ਾਂ। ਬਟ ਨਾਓ ਵਟ ਇਟ ਇਜ਼ ਵੈਰੀ ਕਾਮਨ, ਲੋਕ ਆਪ ਆ ਕੇ ਕਹਿੰਦੇ ਮੈਨੂੰ ਜ਼ਰਕੋਨੀਆ ਦਾ ਬ੍ਰਿਜ ਲਗਾ ਦਿਓ, ਮੈਨੂੰ ਫਲਾਨਾ ਬ੍ਰਿਜ ਲਗਾ ਦਿਓ, ਮੈਨੂੰ ਇੰਪਲਾਂਟੇਸ਼ਨ ਕਰ ਦਿਓ, ਈਵਨ ਬ੍ਰਾਂਡ ਤੱਕ ਦੱਸਦੇ ਆ ਕੇ ਕਿ ਇਹ ਵਾਲੇ ਬ੍ਰਾਂਡ ਦਾ ਮੈਨੂੰ ਇੰਪਲਾਂਟ ਪਾਓ। ਸੋ ਇਟਸ ਲਾਈਕ ਜਸਟ ਕਿਉਂਕਿ ਪ੍ਰੋਸਥੈਸਿਸ ਜਿਹੜੀ ਹੈ ਉਹ ਬਾਡੀ ਦੇ ਵਿੱਚ ਬੜੀ ਕਾਮਨ ਹੈ, ਕੋਈ ਹੇਅਰਿੰਗ ਏਟ ਲਵਾ ਰਿਹਾ, ਕੋਈ ਨੀ ਰਿਪਲੇਸਮੈਂਟ ਕਰਾ ਰਿਹਾ, ਕੋਈ ਪੇਸ ਮੇਕਰ, ਦੀਜ਼ ਆਰ ਪ੍ਰੋਸਥੈਟਿਕਸ, ਅਤੇ ਉਹ ਜਿਹੜੀਆਂ ਬਾਡੀ ਨੂੰ ਤੁਹਾਡੇ ਠੀਕ ਕਰ ਰਹੀਆਂ ਨੇ, ਠੀਕ ਹੈ। ਸੋ ਸਿਮਿਲਰ ਟੁੱਥ ਵੀ ਹੈਗੇ, ਚਾਹੇ ਅਸੀਂ ਬ੍ਰਿਜ ਦੇ ਫੋਰਮ ਦੇ ਵਿੱਚ ਦੰਦ ਰਿਪਲੇਸ ਕਰਾ ਰਹੇ ਹਾਂ, ਚਾਹੇ ਅਸੀਂ ਇੰਪਲਾਂਟ ਪਾ ਕੇ ਰਿਪਲੇਸ ਕਰਾ ਰਹੇ ਹਾਂ, ਪ੍ਰੋਸਥੈਸਿਸ ਹੈ ਨਾ ਸਾਰੀ। ਅਤੇ ਪ੍ਰੋਸਥੈਟਿਕ ਇਸਦਾ ਮਕਸਦ ਇਹ ਹੁੰਦਾ ਕਿ ਇਹ ਜਸਟ ਨੇਚਰ ਦੇ ਵਾਂਗੂ ਕੰਮ ਕਰੇ, ਇਹ ਮਤਲਬ ਨੇਚਰ ਦੀ ਨੂੰ ਰਿਪਲੇਸ ਕਰਕੇ ਕਰੇ। ਸੋ ਇਟ ਇਜ਼ ਜਸਟ ਲਾਈਕ ਦੈਟ। ਔਰ ਕਈ ਪੇਸ਼ੈਂਟਸ ਤਾਂ ਮੇਰੇ ਇੰਨੇ ਕੰਫਰਟੇਬਲ ਹੁੰਦੇ ਨੇ, ਕਹਿੰਦੇ ਉਹ ਕਹਿੰਦੇ ਮੈਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਨਕਲੀ ਦੰਦ ਲਏ ਹੋਏ ਆ ਜਾਂ ਉੱਦਾਂ, ਉਹਨੇ ਫੀਲਿੰਗ ਹੀ ਨਹੀਂ ਆਉਂਦੀ, ਕਹਿੰਦੇ ਅਸੀਂ ਮਤਲਬ ਅਗਰ ਬਗੈਰ ਉਹਦੇ 'ਤੇ ਹੋਈ ਹੈ ਸਾਨੂੰ ਤਾਂ ਪ੍ਰੋਬਲਮ ਲੱਗਦੀ ਹੈ, ਅਦਰਵਾਈਜ਼ ਤਾਂ ਵੀ ਆਰ ਮੋਸਟ ਕੰਫਰਟੇਬਲ। ਅਸੀਂ 2 ਦੰਦਾਂ ਨੂੰ ਘਸਾਉਂਦੇ ਸੀ, ਨਾਈਲ ਨਾਲ ਵਾਲੇ ਨੇ ਉਹਨੂੰ ਬ੍ਰਿਜ ਕਹਿੰਦੇ ਸੀ, ਕਿਉਂਕਿ ਬ੍ਰਿਜ ਦਾ ਮਤਲਬ ਹੀ ਹੁੰਦਾ ਇੰਗਲਿਸ਼ 'ਚ ਕਿ ਵੀ 2 ਪਿੱਲਰ 'ਤੇ ਕੋਈ ਚੀਜ਼ ਖੜੀ ਹੈ ਤਾਂ ਬ੍ਰਿਜ ਹੋ ਗਈ, ਤਾਂ ਇਸੇ ਤਰੀਕੇ ਨਾਲ ਉਹ ਡੈਂਟਲ ਬ੍ਰਿਜ ਹੋ ਗਿਆ। ਬਟ ਸਮਾਂ ਦੇ ਨਾਲ ਨਾਲ ਸਾਨੂੰ ਵੀ ਪਤਾ ਲੱਗਿਆ ਕਿ ਬ੍ਰਿਜ ਦੇ ਆਪਣੇ ਪ੍ਰੋਸ ਐਂਡ ਕੌਨਸ ਮੀਨਸ ਪੋਜ਼ਿਟਿਵ ਅਤੇ ਨੈਗੇਟਿਵ, ਲੇਮਨ ਲੈਂਗੁਏਜ ਦੇ ਲਈ, ਅਤੇ ਉਹਦੇ ਆਪਣੇ ਪੋਜ਼ਿਟਿਵ ਨੈਗੇਟਿਵ ਨੇ, ਕਿਸ ਜਗ੍ਹਾ 'ਤੇ ਬ੍ਰਿਜ ਲਗਾਉਣਾ, ਕਿਸ ਜਗ੍ਹਾ 'ਤੇ ਨਹੀਂ ਲਗਾਉਣਾ, ਇੰਡੀਕੇਸ਼ਨ, ਕੰਟਰਾਇੰਡੀਕੇ, ਇਹ ਸਾਰਾ ਨਾ ਫਿਜ਼ੀਸ਼ੀਅਨ ਦਾ ਡਿਸੀਜਨ ਹੈ। ਜ਼ਰੂਰੀ ਨਹੀਂ ਹੈ ਕਿ ਹਰ ਜਗ੍ਹਾ 'ਤੇ ਇੰਪਲਾਂਟ ਪਏ, ਜ਼ਰੂਰੀ ਨਹੀਂ ਹੈ ਕਿ ਹਰ ਜਗ੍ਹਾ 'ਤੇ ਬ੍ਰਿਜ ਹੀ ਹੋਵੇ, ਤਾਂ ਉਹ ਡਿਸੀਜਨ ਮਤਲਬ ਰਿਸਪੈਕਟ ਯੋਰ ਫਿਜ਼ੀਸ਼ੀਅਨ ਜਾਂ ਡੈਂਟਿਸਟ ਜਿਹਦੇ ਕੋਲ ਤੁਸੀਂ ਜਾ ਰਹੇ ਹੋ ਵੀ ਉਹ ਕੀ ਤੁਹਾਡੇ ਲਈ ਬੈਸਟ ਡਿਸੀਜਨ ਲੈ ਰਿਹਾ, ਉਹ ਕਦੇ ਵੀ ਤੁਹਾਡੇ ਲਈ ਗਲਤ ਡਿਸੀਜਨ ਨਹੀਂ ਲਏਗਾ, ਇਹ ਮੈਂ ਲਿਖ ਕੇ ਦੇਖ ਸਕਦਾ। ਹੁਣੇ ਪਿੱਛੇ ਹੁਣ ਦੇਖੋ ਵਾਇਲੈਂਸ ਵਾਲਾ ਬਹੁਤ ਇਸ਼ੂ ਚੱਲ ਰਿਹਾ, ਅਤੇ ਉਹ ਕਾਹਦੇ ਕਰਕੇ ਆ, ਉਹ ਆਪਣੀ ਫੇਥ ਲੈਵਲ ਜਿਹੜੀ ਆ ਉਹ ਪੇਸ਼ੈਂਟ ਡਾਕਟਰ ਦੀ ਉਹ ਵਿਗੜ ਰਹੀ ਆ ਉਹਦੇ ਕਰਕੇ ਆ। ਅਗਰ ਆਪਾਂ ਫੇਥ ਪੂਰਾ ਕਰਾਂਗੇ ਤਾਂ ਡਾਕਟਰ 99.99% ਤੁਹਾਨੂੰ ਮੋਰ ਦੈਨ ਦੈਟ ਦਿੰਦੇ ਆ, ਠੀਕ ਹੈ। ਨਾਓ ਕਮਿੰਗ ਟੂ ਦਾ ਪੁਆਇੰਟ ਕਿ ਅਗਰ ਆਪਾਂ ਦੋਨੋਂ ਦੰਦਾਂ ਨੂੰ ਛੇੜ ਰਹੇ ਹਾਂ ਤਾਂ ਬਟ ਓਬਵੀਅਸ ਉਹਨਾਂ ਨੂੰ ਕੁਛ ਨਾ ਕੁਛ ਅਸੀਂ ਡੈਮੇਜ ਕਰ ਰਹੇ ਹਾਂ ਨੈਚੁਰਲੀ, ਠੀਕ ਹੈ। ਸੋ ਜ਼ਿਆਦਾ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਮਸੂੜੇ ਦੇ ਵਿੱਚ ਅਸੀਂ ਇੰਪਲਾਂਟੇਸ਼ਨ ਕਰਕੇ ਉਹਦੇ ਉੱਪਰ ਦੰਦ ਲਗਾ ਦਈਏ, ਠੀਕ ਹੈ। ਉਸ ਦੇ ਨਾਲ ਵਾਲੇ ਦੰਦਾਂ ਨੂੰ ਵੀ ਸੇਫਟੀ ਰਹਿੰਦੀ ਹੈ। ਔਰ ਇੰਪਲਾਂਟੇਸ਼ਨ ਅਗਰ ਜਿਹੜੀ ਇੰਪਲਾਂਟ ਅਸੀਂ ਇੱਕ ਟਾਈਟੇਨੀਅਮ ਦਾ ਸਕਰੂ ਹੁੰਦਾ ਉਹ ਬੋਨ ਦੇ ਵਿੱਚ ਪਾਇਆ ਔਰ ਹੱਡੀ ਦੇ ਨਾਲ ਉਹ ਇੱਕਮਿਕ ਹੋ ਜਾਂਦਾ, ਇਹ ਉਹੀ ਚੀਜ਼ ਹੈ ਜਿੱਦਾਂ ਕਿ ਆਪਾਂ ਨੀ ਰਿਪਲੇਸਮੈਂਟ ਕਰਦੇ ਹਾਂ, ਉਹਦੇ ਵਿੱਚ ਵੀ ਸੇਮ ਪ੍ਰੋਸੈਸ ਆ, ਉਹ ਵੀ ਓਸੀਓ ਇੰਟੀਗ੍ਰੇਸ਼ਨ ਹੁੰਦੀ ਹੈ, ਹੱਡੀ ਦੇ ਨਾਲ ਇੱਕਮਿਕ ਹੁੰਦਾ, ਠੀਕ ਹੈ। ਹੁਣ ਹੱਡੀ ਦੇ ਨਾਲ ਇੱਕਮਿਕ ਹੋ ਗਿਆ, ਉਹਦੇ ਉੱਪਰ ਭਾਵੇਂ ਤੁਸੀਂ ਜਿੰਨਾ ਮਰਜ਼ੀ ਫੋਰਸ ਪਾ ਦਿਓ, ਮੈਂ ਕਈ ਵਾਰੀ ਮਜ਼ਾਕ ਕਰਦਾ, ਮੈਂ ਕਿਹਾ ਹੱਥੀ ਵੀ ਬੰਨ ਦਿਓ, ਬਟ ਨਹੀਂ, ਸਟਿਲ ਆਫੀਸ਼ੀਅਲੀ ਸੇਇੰਗ ਕਿ ਤੁਸੀਂ ਇੱਕ ਟੁੱਥ ਲਗਾਉਂਦੇ ਹੋ ਅਤੇ ਉਹ ਅੱਛੀ ਚੂਇੰਗ ਫੋਰਸਸ, ਬਾਈਟਿੰਗ ਫੋਰਸਸ ਦਿੰਦਾ ਤੁਹਾਨੂੰ। ਇਫ ਐਨੀ ਵਨ ਹੈਜ਼ ਟੂ ਪ੍ਰੋਗਰੈਸ, ਪਹਿਲਾਂ ਸਭ ਤੋਂ ਪਹਿਲੀ ਗੱਲ ਆ ਤਾਂ ਬੀਂਗ ਅ ਸਿੱਖ, ਸਿੱਖ ਦਾ ਮਤਲਬ ਹੁੰਦਾ ਲਰਨਰ, ਤੋਂ ਮੈਨੂੰ ਇਹ ਹਮੇਸ਼ਾ ਸਿਖਾਇਆ ਗਿਆ ਕਿ ਵੀ ਲਰਨਿੰਗ ਜਿਹੜੀ ਕਦੀ ਨਹੀਂ ਛੱਡਣੀ ਚਾਹੀਦੀ। ਔਰ ਸਾਡੀ ਇੱਕ ਫੀਲਡ ਐਸੀ ਹੈ ਮੈਡੀਕਲ ਪ੍ਰੋਫੈਸ਼ਨ ਔਰ ਸਪੈਸ਼ਲੀ ਡੈਂਟਲ, ਇਹਦੇ ਵਿੱਚ ਤਰੱਕੀ ਇੰਨੀ ਜ਼ਬਰਦਸਤ ਹੋ ਰਹੀ ਹੈ ਕਿ ਅੱਜ ਤੋਂ 3 ਸਾਲ ਪਹਿਲਾਂ ਮੈਂ ਜਿਹੜੇ ਕੰਮ ਕਰਦਾ ਸੀ ਜਿੱਦਾਂ ਕਰਦਾ ਸੀ ਹੁਣ ਉੱਦਾਂ ਨਹੀਂ ਕਰਦਾ, ਮੈਂ 3 ਸਾਲ ਬਾਅਦ ਮੇਰੀ ਡੈਂਟਿਸਟਰੀ ਦਾ ਚੇਂਜ ਹੋ ਗਿਆ। ਅੱਜ ਅਗਰ ਮੈਂ 3 ਸਾਲ ਪੁਰਾਣਾ ਕੋਈ ਕੇਸ ਹੋਵੇ ਮੈਨੂੰ ਦੁਬਾਰਾ ਕਰਨਾ ਪਏ ਤਾਂ ਮੈਂ ਉਹਨੂੰ ਆਪਣੇ ਅੱਜ ਦੇ ਤਰੀਕੇ ਨਾਲ ਕਰੂੰਗਾ। ਅੱਜ ਅਸੀਂ 90% ਰੂਟ ਕੈਨਾਲਸ ਅਸੀਂ ਸਿੰਗਲ ਸਿਟਿੰਗ ਕਰਦੇ ਹਾਂ, 90%, ਯਾਨੀ 100 ਵਿੱਚੋਂ 90 ਕੇਸਿਸ ਅਸੀਂ ਰੂਟ ਕੈਨਾਲ ਦੇ ਸਿੰਗਲ ਸਿਟਿੰਗ ਦੇ ਵਿੱਚ ਕਰਦੇ ਹਾਂ, ਫਰੋਮ ਸਟਾਰਟ ਟੂ ਕੰਪਲੀਟ ਵਿਦ ਇਨ 1 ਆਵਰ ਐਂਡ ਪੇਸ਼ੈਂਟ ਇਜ਼ ਓਕੇ ਐਂਡ ਪੋਸਟ ਆਪਰੇਟਿਵ ਕੋਈ ਪ੍ਰੋਬਲਮ ਨਹੀਂ, ਕੁਛ ਨਹੀਂ। ਕਰਾਊਨਲੈਸ ਡੈਂਟਿਸਟਰੀ 'ਤੇ ਅਸੀਂ ਆ ਗਏ ਹਾਂ, ਕਰਾਊਨਲੈਸ ਡੈਂਟਿਸਟਰੀ ਮੀਨਸ ਕਿੱਥੇ ਅਸੀਂ ਕਰਾਊਨ ਨਹੀਂ ਦਿੰਦੇ ਔਰ ਉਸਦੀ ਜਗ੍ਹਾ 'ਤੇ ਇਨਲੇ ਮਟੀਰੀਅਲਸ ਜਾਂ ਸੋਲਿਡ ਮਟੀਰੀਅਲਸ ਡਾਲ ਕੇ ਉਸਨੂੰ ਵਰਕੇਬਲ ਮਾਡਲ ਵਿੱਚ ਲੈ ਕੇ ਆਉਂਦੇ ਹਾਂ, ਕਿਉਂਕਿ ਕਰਾਊਨ ਦੇ ਆਪਣੇ ਵੀ ਕੁਛ ਪ੍ਰੋਸ ਐਂਡ ਕੌਨਸ ਹੁੰਦੇ ਆ, ਠੀਕ ਹੈ। ਸੋ ਦੀਜ਼ ਆਰ ਦਾ ਥਿੰਗਸ। ਉਸ ਤੋਂ ਬਾਅਦ ਜਿਹੜੀ ਹੁਣ ਲੇਟੈਸਟ ਚੀਜ਼ਾਂ ਨੇ ਸਕੈਨਰਸ, ਜਿਹਦੇ ਵਿੱਚ ਬਿਨਾਂ ਇੰਪਰੈਸ਼ਨਸ ਤੋਂ ਅਸੀਂ ਫਿਰ ਹੁਣ ਉਹ ਲਗਾਇਆ ਲੇਟੈਸਟ ਵਿਦ ਇਨ ਲਾਸਟ 1 ਟੂ 2 ਮੰਥਸ ਅਸੀਂ ਉਹ ਯੂਜ਼ ਕਰ ਰਹੇ ਹਾਂ, ਅਤੇ ਜਿਹਦੇ ਵਿੱਚ ਅਸੀਂ ਸਕੈਨ ਕਰਕੇ ਮਾਊਥ ਦੇ ਵਿੱਚ ਉਹ ਸਾਰਾ ਟੀ ਵੀ 'ਤੇ ਵੀ ਆ ਜਾਂਦਾ, ਫਾਈਲ ਬਣ ਜਾਂਦੀ ਹੈ, ਉਹ ਅਸੀਂ ਜਸਟ ਉਸਨੂੰ ਲੈਬ ਨੂੰ ਭੇਜਣੀ ਹੈ ਔਰ ਵਿਦ ਇਨ ਨੋ ਟਾਈਮ ਲੈਬ ਨੇ ਕੈਡ ਕੈਮ ਟੈਕਨੋਲੋਜੀ ਦੇ ਥਰੂ ਉਹ ਬਣਾਉਣਾ। ਇਟ ਇਜ਼ ਸੋ ਯੂ ਕੈਨ ਸੇ ਪ੍ਰੈਡਿਕਟੇਬਲ ਰਿਜ਼ਲਟ ਕਿ ਵੀ ਮਤਲਬ ਬੰਦੇ ਨੂੰ ਪਹਿਲਾਂ ਹੀ ਪਤਾ ਹੁੰਦਾ ਇਹ ਚੀਜ਼ ਇੰਨੇ ਐਂਗਲ 'ਤੇ ਆਹ ਚੀਜ਼ ਇੱਦਾਂ ਬਣੂਗੀ। ਸੋ ਪ੍ਰੈਡਿਕਟੇਬਿਲਟੀ ਬਹੁਤ ਹਾਈ ਹੋ ਗਈ। ਦੂਸਰੀ ਗੱਲ, ਪੇਸ਼ੈਂਟ ਨੂੰ ਪਹਿਲਾਂ ਪਤਾ ਹੁੰਦਾ ਕਿ ਕੀ ਹੋਣ ਜਾ ਰਿਹਾ। ਅਸੀਂ ਤੁਸੀਂ ਜਦੋਂ ਕਲੀਨਿਕ ਕਵਰ ਕਰੋਗੇ ਦੇਖੋਗੇ ਉਹਦੇ ਵਿੱਚ ਕਿ ਸਾਰੀ ਸਕਰੀਨਾਂ ਲੱਗੀਆਂ ਹੋਈਆਂ, ਸਕਰੀਨ 'ਤੇ ਸਾਨੂੰ ਸਾਰਾ ਡਿਜੀਟਲ ਮੋਡ ਦਾ ਦਿਖਦਾ, ਤੁਸੀਂ ਪਿੱਛੇ ਵੀ ਪੜ੍ਹ ਸਕਦੇ ਹੋ ਵੈਲਕਮ ਟੂ ਦ ਵਰਲਡ ਆਫ ਡਿਜੀਟਲ ਡੈਂਟਿਸਟਰੀ। ਇਹ ਮੇਰਾ ਡ੍ਰੀਮ ਸੀਗਾ ਜਦੋਂ ਮੈਂ ਸਟਾਰਟ ਕੀਤਾ ਸੀ, ਮੈਨੂੰ ਨਹੀਂ ਪਤਾ
So that is, we are providing to the people of Ludhiana, and that too at very affordable rate. That is my dream ki bhi ek affordable cost te quality treatment ditta jaye. ਸੋ ਦੇ ਨਾਲ ਨਾਲ ਤੁਹਾਡੀ ਜਿਹੜੀ ਨੈੱਟ ਦੀ ਗੱਲ ਹੈਗੀ ਆ, ਜਿਹੜੇ ਵੀ ਪੇਸ਼ੈਂਟ ਤੁਹਾਡੇ ਨਾਲ ਜੁੜੇ ਹੁੰਦੇ ਆ, ਤੁਹਾਨੂੰ ਉਹਦਾ ਸਾਰਾ ਡਾਟਾ ਪਤਾ ਹੁੰਦਾ, ਚਾਹੇ ਉਹ 10 ਸਾਲ ਬਾਅਦ ਆਪਣੇ ਡਾਟਾਸ ਨੂੰ ਦੇਖ ਲਵੇ ਵੀ ਕਿਹੜੇ ਦੰਦ ਦੀ ਮੈਂ ਕੀ ਚੀਜ਼ ਕਰਾਈ ਸੀਗੀ, ਉਹਦੇ ਬਾਰੇ ਸਾਨੂੰ ਦੱਸੋ ਕਿਵੇਂ ਤੁਸੀਂ ਉਹਨੂੰ ਡੀਪਲੀ ਇੰਨਾ ਜ਼ਿਆਦਾ ਪੇਸ਼ੈਂਟ ਚਾਹੁੰਦੇ। ਇਹ ਜਦੋਂ ਮੈਂ ਲੁਧਿਆਣੇ ਆਇਆ ਤੇ ਸਭ ਤੋਂ ਪਹਿਲਾਂ ਮੈਂ ਇੱਕ ਪਹਿਲੇ ਆਪਣੇ ਕਲੀਨਿਕ ਦੇ ਵਿੱਚ ਆਮ ਤੌਰ 'ਤੇ ਕੰਪਿਊਟਰ ਨਹੀਂ ਹੁੰਦਾ ਸੀ, ਅੱਜ ਤੋਂ 2004-2003 ਦੀ ਗੱਲ ਕਰ ਰਿਹਾ ਮੈਂ ਨਾ, ਅਤੇ ਮੈਂ ਸਭ ਤੋਂ ਪਹਿਲਾਂ ਕੰਪਿਊਟਰ ਲਾਤਾ, ਉਹ ਕਹਿੰਦੇ ਕੰਪਿਊਟਰ ਕਾਹਤੋਂ ਬਈ, ਮਤਲਬ ਤੁਸੀਂ ਪੇਸ਼ੈਂਟ ਦੇਖਣੇ ਆ, ਮੈਂ ਕਿਹਾ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਾਹਤੋਂ। ਮਤਲਬ ਇੱਕ ਇੰਡੀਆ ਦੇ ਵਿੱਚ ਇੱਕ ਐਸੀ ਚੀਜ਼ ਹੈ ਡਾਕੂਮੈਂਟੇਸ਼ਨ ਜਿਹਨੂੰ ਕਹਿੰਦੇ ਆ, ਜੋ ਸਭ ਤੋਂ ਜ਼ਿਆਦਾ ਲੈਕ ਕਰਦੇ ਹਾਂ ਆਪਾਂ। ਮਤਲਬ ਡਾਕੂਮੈਂਟੇਸ਼ਨ ਕਿਸੇ ਵੀ ਫੀਲਡ 'ਚ ਹੋਵੇ, ਬਟ ਮੈਡੀਕਲ ਅਤੇ ਡੈਂਟਲ ਦੇ ਵਿੱਚ ਮੈਂ ਦੇਖਿਆ ਡਾਕੂਮੈਂਟੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹ ਕਰਦੇ ਡਾਕੂਮੈਂਟਸ ਹੀ ਨਹੀਂ ਕਰਦੇ, ਕੇਸਿਸ ਨੂੰ ਡਾਕੂਮੈਂਟ ਨਹੀਂ ਕਰਦੇ, ਵੀ ਕਾ ਕੀਤਾ ਸਾਲ ਪੁਰਾਣਾ ਡਾਕੂਮੈਂਟ, 2 ਸਾਲ ਪੁਰਾਣਾ ਮਿਲ ਹੀ ਨਹੀਂ ਰਿਹਾ। ਅਬ ਮੈਂ ਉਸਨੂੰ ਸਾਰਾ ਡਿਸ਼ਲਾਈਜ਼ ਕਰਕੇ ਫਰੋਮ ਡੇ 1 ਐਕਸਲ ਦੀ ਸ਼ੀਟਸ ਦੇ ਵਿੱਚ, ਦੋ ਵੀ ਹੈਵ ਇਨ 2011 ਇੱਕ ਡੈਮੇਜ ਹੋਇਆ ਸੀ ਜਿਹਦੇ ਵਿੱਚ ਕੰਪਿਊਟਰ ਕ੍ਰੈਸ਼ ਹੋ ਗਏ ਸੀਗੇ, ਬਾਵਜੂਦ ਉਹਦੇ ਅਸੀਂ ਇੱਕ ਬੈਕਅਪ ਡਾਟਾ ਲਿਆ ਹੋਇਆ ਸੀ, ਔਰ ਜਿੰਨਾ ਜ਼ਿਆਦਾ ਅਸੀਂ ਰਿਕਵਰ ਕਰ ਸਕਦੇ ਸੀ ਉਹ ਵੀ ਰਿਕਵਰ ਕਰ ਲਿਆ, ਔਰ 2011 ਤੋਂ ਤਾਂ ਟਿਲ ਡੇਟ ਦਾ ਡਾਟਾ ਸਾਡੇ ਕੋਲ ਤਕਰੀਬਨ ਪੂਰਾ ਹੈਗਾ। 10,000 ਫੈਮਿਲੀਜ਼ ਤੋਂ ਜ਼ਿਆਦਾ ਜੁੜੀਆਂ ਹੋਈਆਂ ਨੇ, ਇੱਕ ਇੱਕ ਬੰਦੇ ਦਾ ਬਰਥ ਡੇਟ ਤੋਂ ਲੈ ਕੇ ਐਨੀਵਰਸਰੀ ਤੋਂ ਲੈ ਕੇ ਈਚ ਐਂਡ ਐਵਰੀਥਿੰਗ, ਵਾਟ ਐਵਰ ਯੂ ਕੈਨ ਥਾਟ ਆਫ। 1, 2, ਉਹਨਾਂ ਦੀ ਈਮੇਲ ਆਈਡੀ 'ਤੇ ਉਹ ਚੀਜ਼ ਜਾਂਦੀ ਹੈ। ਅਪੁਆਇੰਟਮੈਂਟ ਲੱਗੇਗੀ ਤਾਂ ਉਹਨਾਂ ਨੂੰ ਮੋਰਨਿੰਗ ਜਾਏਗਾ, ਰਿਮਾਈਂਡਰ ਜਾਏਗਾ, ਅਗਰ ਕੋਈ ਪ੍ਰੋਬਲਮ ਆ ਗਈ ਉਹਨਾਂ ਨੂੰ, ਮਤਲਬ ਐਵਰੀਥਿੰਗ ਇਜ਼ ਡਿਸ਼ਲਾਈਜ਼। ਸੋ ਉਹਦੇ ਨਾਲ ਸਾਨੂੰ ਕੀ ਹੁੰਦਾ ਹੈ ਕਿ ਇੱਕ ਤਾਂ ਟਰਾਂਸਪੇਰੈਂਸੀ ਬੜੀ ਹੁੰਦੀ ਹੈ, ਇਹ ਟਰਾਂਸਪੇਰੈਂਸੀ ਅਗੇਨ ਫੇਥ ਕ੍ਰੀਏਟ ਕਰਦੀ ਹੈ ਡਾਕਟਰ ਦੇ ਪੇਸ਼ੈਂਟ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਮੈਂ ਪੇਸ਼ੈਂਟ ਨੂੰ ਸਾਫ਼ ਸਾਫ਼ ਕਹਿੰਦਾ ਤੁਸੀਂ ਆਪਣੀ ਮੇਲ ਆਈ ਡੀ ਦੇ ਦਿਉ, ਤੁਹਾਡੀ ਮੇਲ ਆਈ ਡੀ 'ਤੇ ਸਾਰਾ ਡਾਟਾ ਆ ਜਾਏਗਾ, ਔਰ ਜਿੱਥੇ ਮਰਜ਼ੀ ਪੂਰੇ ਵਰਲਡ ਦੇ ਕਿਸੇ ਕੋਨੇ 'ਚ ਦਿਖਾ ਲਓ। ਵਾਈ ਆਈ ਸੇ ਸੋ, ਬਿਕੋਜ਼ ਆਈ ਹੈਵ ਫੁੱਲ ਕੌਨਫੀਡੈਂਸ ਇਨ ਮਾਈ ਪ੍ਰੈਕਟਿਸ ਕਿ ਵੀ ਮੈਂ ਜੋ ਕਰ ਰਿਹਾ ਉਹ ਰਾਈਟ ਪਾਥ 'ਤੇ ਕਰ ਰਿਹਾ। ਤੋ ਇਹ ਟਰਾਂਸਪੇਰੈਂਸੀ ਬੇਸਿਕਲੀ ਫੇਥ ਪਾਸ ਔਨ ਕਰਦੀ ਹੈ ਨੂੰ ਪੇਸ਼ੈਂਟ ਨੂੰ, ਦੈਟ ਇਜ਼ ਦ ਥਿੰਗ। ਬੇਸਿਕਲੀ ਇੱਕ ਇਹਦੀ ਬ੍ਰਾਂਚ ਹੈ ਡੈਂਟਲ ਦੀ ਜਿਸ ਨੂੰ ਅਸੀਂ ਪੀਡੋਡੋਂਟੀਆ ਵੀ ਕਹਿੰਦੇ ਹਾਂ, ਅਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਪੀਡੀਆਟ੍ਰਿਕ ਡੈਂਟਿਸਟ ਸਪੈਸ਼ਲਾਈਜ਼ਡ ਅਸੀਂ ਆਪਣਾ ਐਜ਼ ਅ ਕੰਸਲਟੈਂਟ ਰੱਖਿਆ ਹੋਇਆ ਨਾਲ, ਅਤੇ ਬੱਚਿਆਂ ਦੀ ਸਪੈਸ਼ਲ ਕੇਅਰ ਲਈ ਪਹਿਲਾਂ ਤਾਂ ਮੈਂ ਇੱਕ ਕੋਰਨਰ ਹੀ ਬਣਾਇਆ ਹੋਇਆ ਸੀ, ਚਾਈਲਡ ਕੋਰਨਰ, ਅਤੇ ਉੱਥੇ ਬੱਚੇ ਆਉਂਦੇ ਸੀ, ਪਹਿਲਾਂ ਖੇਡਦੇ ਸੀ, ਕੰਫਰਟੇਬਲ ਹੋ ਜਾਂਦੇ ਸੀਗੇ, ਠੀਕ ਹੈ। ਫਿਰ ਅਸੀਂ ਹੁਣ ਚੇਅਰ ਇੱਕ ਡੈਡੀਕੇਟਡ ਕੀਤੀ ਹੋਈ ਹੈ ਜਿੱਥੇ ਉਹ ਜਦੋਂ ਬੈਠਦੇ ਆ ਅਤੇ ਉਹਨਾਂ ਦੇ ਲਈ ਸਪੈਸ਼ਲ ਬਿਪਸ ਹੈਗੇ ਬੱਚਿਆਂ ਵਾਲੇ, ਹੈ ਨਾ, ਉਹਨਾਂ ਨੂੰ ਕੁਛ ਨਾ ਕੁਛ ਤੁਸੀਂ ਕਹਿ ਸਕਦੇ ਹੋ ਗਿਫਟਸ, ਰਿਵਾਰਡਸ ਉਹ ਅਸੀਂ ਦਿੰਦੇ ਹਾਂ। ਮੈਂ ਇਸ ਕਲੀਨਿਕ ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਹੈ, ਛੋਟੀ ਬੱਚੀ ਸੀਗੀ, ਆਈ ਥਿੰਕ ਸੋ 2.5-3 ਸਾਲ ਦੀ, ਅਤੇ ਉਸਦਾ ਵੀ ਟ੍ਰੀਟਮੈਂਟ ਕੀਤਾ ਹੋਇਆ। ਤੋ 2.5-3 ਸਾਲ ਦੀ ਇੱਕ ਬੱਚੀ ਦੀ ਰੂਟ ਕੈਨਾਲਸ ਕਰਨੀ ਆ, ਅਤੇ 4 ਖੰਨੇ ਤੋਂ ਆਉਂਦੇ ਸੀ ਪੇਸ਼ੈਂਟ, ਔਰ ਉਹ ਰੈਗੂਲਰ ਆਉਂਦੇ ਸੀਗੇ, ਔਰ ਉਸਦਾ ਟ੍ਰੀਟਮੈਂਟ ਕਰਨਾ, ਦੈਟ ਵਾਜ਼ ਅ ਟਫ ਜੋਬ, ਬਟ ਸਟਿਲ ਉਹ ਵੀ ਅਸੀਂ ਮੈਨੇਜ ਕੀਤਾ ਇੱਥੇ। ਤੋ ਉਸਦੇ ਉੱਪਰ ਸਟੇਨਲੈਸ ਸਟੀਲ ਕੈਪ ਦੇਣੀ ਆ, ਜੋ ਅੱਜ ਕੱਲ੍ਹ ਮਤਲਬ ਇਟਸ ਅ ਵੈਰੀ ਕਾਮਨ ਇਨ ਬੱਚਿਆਂ 'ਚ, ਲੋਕਾਂ ਨੂੰ ਵੀ ਪਤਾ ਹੋ ਗਿਆ, ਅਵੇਅਰ ਹੋ ਗਿਆ, ਸਪੇਸ ਮੈਂਟਰ ਕਦੋਂ ਦੇਣਾ ਹੈ। ਤੋ ਇੱਕ ਉਹ ਸਪੈਸ਼ਲਾਈਜ਼ ਬ੍ਰਾਂਚ ਹੈ, ਔਰ ਸਪੈਸ਼ਲਾਈਜ਼ ਬ੍ਰਾਂਚ ਨੂੰ ਅਸੀਂ ਉਸੇ ਤਰੀਕੇ ਨਾਲ ਟ੍ਰੀਟ ਕਰਦੇ ਹਾਂ, ਜਿੱਥੇ ਲੋੜ ਪੈਂਦੀ ਹੈ ਉੱਥੇ ਸਾਡਾ ਕੰਸਲਟੈਂਟ ਵੀ ਆਉਂਦਾ, ਔਰ ਮਤਲਬ ਇਟ ਇਜ਼ ਬੇਸਿਕਲੀ ਕਿ ਵੀ ਬੱਚੇ ਨੂੰ ਤੁਸੀਂ ਟ੍ਰੀਟ ਕਿਵੇਂ ਕਰ ਰਹੇ ਹੋ, ਉਹ ਜ਼ਿਆਦਾ ਇੰਪੋਰਟੈਂਟ ਹੈ, ਰਾਦਰ ਕੋਈ ਟੈਕਨੀਕਲ ਵੈਲਿਊ ਉਹਦੇ ਵਿੱਚ ਕੋਈ ਐਡੀ ਜ਼ਿਆਦਾ ਨਹੀਂ ਹੁੰਦੀ। ਟੈਕਨੀਕਲ ਵੈਲਿਊ ਇਜ਼ ਫਾਈਨ, ਉਹ ਤੁਸੀਂ ਜੋ ਐਡਲਟਿਜ ਕਰ ਰਹੇ ਹੋ ਉਹੀ ਥੋੜ੍ਹਾ ਬਹੁਤ ਕਰਕੇ, ਉਸਨੂੰ ਟ੍ਰੀਟ ਕਿਵੇਂ ਕਰ ਰਹੇ ਹੋ, ਬੱਚੇ ਹੈ, ਬੱਚੇ ਦੇ ਅਕੋਰਡਿੰਗਲੀ ਤੁਸੀਂ ਉਹਨੂੰ ਉਹਦੇ ਨੇਚਰ ਦੇ ਅਕੋਰਡਿੰਗਲੀ ਕਿਸ ਤਰ੍ਹਾਂ ਟ੍ਰੀਟ ਕਰ ਰਹੇ ਹੋ, ਦੈਟ ਇਜ਼ ਮੋਸਟ ਇੰਪੋਰਟੈਂਟ। ਦੱਸ ਅੱਜ ਕੱਲ੍ਹ ਦੇ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਟਿੱਕੀ ਫੂਡਸ, ਇਨਡੋਰ ਜਿਹੜਾ ਹੈਗਾ ਉਹਨਾਂ ਦਾ ਸਿਸਟਮ ਹੈਗਾ, ਔਰ ਉਹਦੇ 'ਚ ਕਿਉਂਕਿ ਅਸੀਂ ਸਟਿੱਕੀ ਫੂਡ ਨੂੰ ਵੀ ਨਹੀਂ ਬਚਾ ਸਕਦੇ, ਕਿਉਂਕਿ ਅਗਰ ਬੱਚੇ ਚੋਕਲੇਟ ਵਗੈਰਾ ਅੱਜ ਕੱਲ੍ਹ ਮੰਗਦੇ ਆ ਤਾਂ ਉਹ ਵੀ ਨੈਚੁਰਲੀ ਗੱਲ ਆ ਕਿ ਹੈਲਪਲੈਸ ਹੈਗੇ ਪੇਰੈਂਟਸ, ਅਗਰ ਉਹ ਵੀ ਚੀਜ਼ਾਂ ਖਾਣ ਤਾਂ ਦੰਦਾਂ ਦੇ ਵੀ ਧਿਆਨ ਰੱਖਣ, ਉਹ ਕਿਵੇਂ ਅਸੀਂ ਦੋਨੇ ਚੀਜ਼ਾਂ ਨੂੰ ਮਤਲਬ ਇਕੱਠੀਆਂ ਰੱਖ ਸਕਦੇ ਹਾਂ। ਬੜਾ ਧਰਮ ਸੰਕਟ ਵਾਲਾ ਕੁਐਸਚਨ ਪੁੱਛਿਆ ਤੁਸੀਂ, ਹੈ ਨਾ। ਅਤੇ ਚਲੋ, ਇਨ ਐਨੀ ਕੇਸ ਦੇਖੋ, ਮੇਰਾ ਇੱਕ ਸਟਾਰਟਿੰਗ ਤੋਂ ਥੀਮ ਰਿਹਾ ਕਿ ਅਵੇਅਰਨੈਸ, ਡੈਂਟਲ ਅਵੇਅਰਨੈਸ ਤੋਂ ਮੇਰਾ ਸ਼ੌਂਕ ਰਿਹਾ, ਅਤੇ ਮੈਂ ਜਾ ਕੇ ਸਕੂਲ ਕਾਲਜਸ ਵਿੱਚ ਲੈਕਚਰ ਦਿੰਦਾ, ਉੱਥੇ ਗੱਲਬਾਤ ਕਾਫੀ ਹੋਈ ਹੈ, ਔਰ ਸਪੈਸ਼ਲੀ ਜਦੋਂ ਕੋਈ ਬੱਚਾ ਯੂ ਕੈਨ ਸੇ ਮੇਰੇ ਆਨਸਰਸ ਦਿੰਦਾ, ਅਤੇ ਮੈਂ ਉਹਨੂੰ ਚੋਕਲੇਟ ਦਿੰਦਾ, ਮੈਂ ਉਹਨੂੰ ਚੋਕਲੇਟ ਕੁਐਸਚਨ ਨਾਮ ਰੱਖਿਆ ਹੋਇਆ, ਅਤੇ ਲੋਕ ਸਰਪ੍ਰਾਈਜ਼ ਹੋ ਜਾਂਦੇ ਕਿ ਡੈਂਟਿਸਟ ਦੋ ਕੇ ਵੀ ਚੋਕਲੇਟ ਕਿਉਂ ਗਿਫਟ 'ਚ ਦੇ ਰਿਹਾ, ਵੀ ਕੁਐਸਚਨ ਪੁੱਛ ਰਿਹਾ, ਆਨਸਰ ਦੇ ਰਿਹਾ, ਚੋਕਲੇਟ ਕਿਉਂ ਗਿਫਟ 'ਚ ਦੇ ਰਿਹਾ। ਅਤੇ ਦੈਨ ਆਈ ਸੇ ਕਿ ਵੀ ਮੈਂ ਇਸ ਕਰਕੇ ਦੇ ਰਿਹਾ, ਤੁਹਾਨੂੰ ਇਹ ਪਤਾ ਹੋਵੇ ਕਿ ਚੋਕਲੇਟ ਖਾਣਾ ਮਾੜਾ ਨਹੀਂ ਹੈ, ਕੋਈ ਵੀ ਚੀਜ਼ ਆਪਣੇ ਆਪ ਦੇ ਵਿੱਚ ਮਾੜੀ ਨਹੀਂ ਹੁੰਦੀ ਅਗਰ ਉਸਨੂੰ ਸਹੀ ਤਰੀਕੇ ਨਾਲ ਵਰਤੀ ਜਾ ਰਹੀ ਹੈ। ਵੰਸ ਇਨ ਅ ਵਾਈਲ ਇਟ ਇਜ਼ ਫਾਈਨ, ਔਰ ਉਸਨੂੰ ਖਾ ਕੇ ਤੁਸੀਂ ਅਗਰ ਬ੍ਰਸ਼ਿੰਗ ਕਰ ਰਹੇ ਹੋ, ਚੰਗੀ ਤਰੀਕੇ ਨਾਲ ਰਿੰਸਸ ਕਰ ਰਹੇ ਹੋ, ਉਹ ਨਹੀਂ ਸਟੱਕ ਹੋਣ ਦੇ ਰਹੇ, ਬੇਸਿਕਲੀ ਅਗਰ ਉਹ ਸਟੱਕ ਹੋ ਗਈ ਮਾਊਥ ਦੇ ਵਿੱਚ ਪਈ ਰਹੀ, ਔਰ ਉਹ ਰਿੰਸਿੰਗ ਨਹੀਂ ਹੋਈ, ਕਲੀਨਿੰਗ ਨਹੀਂ ਹੋਈ, ਦੈਨ ਉਹ ਹਾਰਮ ਕਰ ਰਹੀ ਹੈ, ਠੀਕ ਹੈ, ਅਦਰਵਾਈਜ਼ ਤਾਂ ਉਹ ਹਾਰਮ ਨਹੀਂ ਕਰ ਰਹੀ।
ਅਤੇ ਉਹ ਚੀਜ਼ਾਂ ਹਾਂ ਬਿਲਕੁਲ ਸਹੀ ਗੱਲ ਹੈ ਕਿ ਵੀ ਅਗਰ ਅਵੋਇਡ ਕੀਤੀ ਜਾ ਸਕਦੀ ਹੈ ਤਾਂ ਇਟ ਸ਼ੁੱਡ ਵੀ, ਔਰ ਬਹੁਤ ਜ਼ਿਆਦਾ ਸਟਿੱਕੀ ਚੀਜ਼ ਜਿੰਨੀ ਮਰਜ਼ੀ ਕਰ ਲਓ ਫਿਰ ਤੁਸੀਂ ਬਰਸ਼ਿੰਗ ਵੀ ਕਰ ਲਓਗੇ ਤਾਂ ਅਵੋਇਡ ਨਹੀਂ ਹੋ ਪਾਏਗੀ। ਬਟ ਇਹਦੇ ਚਾਰ ਪਿੱਲਰਸ ਨੇ, ਚਾਰ ਪਿੱਲਰ ਜਿਹੜੇ ਹੈ ਨਾ ਉੱਦਾਂ ਹੀ ਕੰਮ ਕਰਨਗੇ। ਫਸਟ ਪਿੱਲਰ ਇਜ਼ ਕਿ ਵੀ ਤੁਸੀਂ ਇਹ ਡਾਇਟ ਦਾ ਧਿਆਨ ਰੱਖ ਰਹੇ ਹੋ, ਕਾਰਬੋਹਾਈਡਰੇਟ ਜਾਂ ਸਟਿੱਕੀ ਚੀਜ਼ਾਂ ਇਹ ਤੁਸੀਂ ਘੱਟ ਖਾ ਰਹੇ ਹੋ, ਘੱਟ ਖਾ ਰਹੇ ਹੋ। ਨਾ ਖਾਣ ਦਾ ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਖਾਣੀ ਚਾਹੀਦੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅਵੋਇਡ ਨਹੀਂ ਕੀਤੀ ਜਾ ਸਕਦੀ। ਸੈਕਿੰਡ ਗੱਲ ਹੈ ਕਿ ਵੀ ਬਰਸ਼ਿੰਗ ਕਿਵੇਂ ਕਰ ਰਹੇ ਹਾਂ, ਆਪਾਂ ਕਦੋਂ ਕਰ ਰਹੇ ਹਾਂ, ਵੀ ਨਾਈਟ ਬਰਸ਼ਿੰਗ ਕਰ ਰਹੇ ਕਿ ਨਹੀਂ ਕਰ ਰਹੇ। 90% ਮੈਂ ਬੱਚਿਆਂ ਨੂੰ ਪੁੱਛਦਾ ਤਾਂ ਵੀ ਨਾਈਟ ਬਰਸ਼ਿੰਗ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਮਾਪੇ ਨਹੀਂ ਕਰਦੇ। ਸਿੰਪਲ, ਇੱਥੇ ਮਾਪਿਓ ਨੂੰ ਕੌੜਾ ਲੱਗੂਗਾ ਜ਼ਰੂਰ ਵੀ ਉਹ ਨਹੀਂ ਕਰਦੇ, ਇਸ ਕਰਕੇ ਉਹਨਾਂ ਨੇ ਰੋਲ ਮਾਡਲ ਹੀ ਨਹੀਂ ਦੇਖਿਆ ਅਤੇ ਉਹ ਫਿਰ ਆਪ ਨਹੀਂ ਕਰਦੇ। ਫਿਰ ਥਰਡ ਥਿੰਗ ਹੈ ਵਿਜ਼ਿਟ ਟੂ ਦਾ ਡੈਂਟਿਸਟ ਰੈਗੂਲਰਲੀ। ਹੁਣ ਅਗਰ ਆਪਾਂ ਵਿਜ਼ਿਟ ਟੂ ਦਾ ਡੈਂਟਿਸਟ ਰੈਗੂਲਰਲੀ ਰੱਖੀਏ, ਹਰ 6 ਮਹੀਨੇ ਸਾਲ ਦੇ ਵਿੱਚ ਆਪਾਂ ਗੱਡੀ ਹੁੰਦੀ ਹੈ, ਇੰਨੀ ਮਹਿੰਗੀ ਮਹਿੰਗੀ ਗੱਡੀ ਲੈਂਦੇ ਹਾਂ ਆਪਾਂ, ਹੈ ਨਾ, ਭਾਵੇਂ 3 ਲੱਖ ਦੀ ਲਈ ਹੈ, ਭਾਵੇਂ 5 ਲੱਖ ਦੀ ਲਈ, ਮਹਿੰਗੀ ਹੈ ਅੱਜ ਕੱਲ੍ਹ ਦੀ ਡੇਟ, ਚਲੋ ਫਿਰ ਵੀ ਇਹ ਬੋਡੀ ਦਿੱਤੀ ਰੱਬ ਨੇ, ਉਹ ਅਨਮੋਲ ਹੈ, ਠੀਕ ਹੈ, ਉਹਦੀ ਸਰਵਿਸਿੰਗ ਆਪਾਂ ਕਰਾਉਣ ਨਹੀਂ ਜਾਂਦੇ। ਲੇਕਿਨ ਗੱਡੀ ਭਾਵੇਂ ਉਹ 50,000 ਦੀ ਬਾਈਕ ਹੀ ਲੈ ਲਈਏ ਤਾਂ ਉਹਦੀ ਸਰਵਿਸਿੰਗ ਵੀ ਕਰਾਉਂਦੇ ਹਾਂ 6 ਮਹੀਨੇ 'ਚ। ਸੋ ਇਹ ਸੋਚਣ ਵਾਲੀਆਂ ਗੱਲਾਂ ਨੇ, ਬ੍ਰੇਨ ਸਟ੍ਰੋਮਿੰਗ ਚੀਜ਼ਾਂ ਨੇ। ਅਗਰ ਆਪਾਂ ਉਹਦੀ ਰੈਗੂਲਰ ਸਰਵਿਸਿੰਗ ਕਰਾ ਰਹੇ ਹਾਂ, ਵੀ ਇੱਕ ਡੈਂਟਿਸਟ ਕੋਲ ਜਾਣ ਦਾ ਕਿੰਨਾ ਕੁ ਖਰਚਾ ਆਉਂਦਾ, 100 ਰੁਪਏ ਕੰਸਲਟੇਸ਼ਨ, 100 ਰੁਪਏ ਕੋਈ ਤੁਸੀਂ ਐਕਸਰੇ ਕਰਾ ਲਿਆ, ਸਕੇਲਿੰਗ ਕਰਾ ਲਿਆ, 400-500 ਰੁਪਏ ਇਹ ਗੱਲ 6 ਮਹੀਨੇ 'ਚ ਤੁਸੀਂ ਲਾਏ ਆ, ਔਰ ਉਹਦੇ ਨਾਲ ਤੁਹਾਡੀ ਰਿਕਵਰੀ ਹੋ ਜਾਂਦੀ ਹੈ ਅਗਲੇ 1 ਸਾਲ ਦੀ, ਤਾਂ ਇਜ਼ ਇਟ ਅ ਗੁੱਡ ਡੀਲ ਔਰ ਅ ਬੈਡ ਡੀਲ? ਡੈਫੀਨੇਟਲੀ ਅ ਗੁੱਡ ਡੀਲ, ਡੈਫੀਨੇਟਲੀ ਅ ਗੁੱਡ ਡੀਲ। ਤੋ ਵੀ ਸ਼ੁੱਡ ਇਨਵੈਸਟ ਔਨ ਦੀਸ ਥਿੰਗਸ, ਇਹ ਦਿਸ ਇਜ਼ ਕਾਲਡ ਇਨਵੈਸਟਮੈਂਟਸ, ਦੀਸ ਆਰ ਨੈਵਰ ਕਾਲਡ ਦ ਐਕਸਪੈਂਡੀਚਰਸ ਐਜ਼ ਪੀਪਲ ਥਿੰਕ ਕਿ ਵੀ ਇਹ ਖਰਚਾ ਹੋ ਗਿਆ। ਖਰਚਾ ਨਹੀਂ ਹੈ, ਇਨਵੈਸਟਮੈਂਟ ਆ ਆਪਣੇ ਆਪ ਅਤੇ ਬੋਡੀ ਦਾ, ਕਿਉਂਕਿ ਹੈਲਥ ਇਜ਼ ਵੈਲਥ ਹੈ ਅਲਟੀਮੇਟਲੀ, ਅਤੇ ਅਲਟੀਮੇਟਲੀ ਤਾਂ ਉੱਥੇ ਹੀ ਲਾਈ ਕਰਾਂਗੇ ਨਾ ਆਪਾਂ। ਸੋ ਅਗਰ ਆਪਾਂ ਇਹ ਕਹੀਏ ਕਿ ਵੀ ਮਤਲਬ ਜਿਹੜਾ ਤੁਹਾਡਾ ਗੱਲ ਹੈ ਕਿ ਵੀ ਅਸੀਂ ਨਹਿਰ ਵਿੱਚ ਛਾਲ ਮਾਰ ਦਈਏ, ਸਵਿਮਿੰਗ ਨਹੀਂ ਆਉਂਦੀ ਅਤੇ ਆਪਾਂ ਡੁੱਬੀਏ ਵੀ ਨਾ, ਅਤੇ ਦੋਨੇ ਕੰਮ ਨਹੀਂ ਹੋ ਸਕਦੇ, ਚੋਕਲੇਟ ਬਹੁਤ ਜ਼ਿਆਦਾ ਖਾਓਗੇ, ਨਹੀਂ ਬਰਸ਼ਿੰਗ ਕਰੋਗੇ, ਡੈਫੀਨੇਟਲੀ ਕੀੜੇ ਹੋਣਗੇ, ਇਹਦੇ 'ਚ ਕੋਈ ਡਾਊਟ ਨਹੀਂ ਹੈਗਾ, ਠੀਕ ਹੈ। ਹਾਂ, ਅਗਰ ਵੰਸ ਇਨ ਅ ਵਾਈਲ ਲੈ ਰਹੇ ਹੋ, ਬਰਸ਼ਿੰਗ ਅੱਛੀ ਤਰੀਕੇ ਨਾਲ ਕਰ ਰਹੇ ਹੋ, ਨਹੀਂ ਹੋਏਗਾ। ਸਰ, ਯੂ ਆਰ ਐਨ ਇੰਸਟੀਟਿਊਸ਼ਨ, ਔਰ ਤੁਹਾਡੇ ਤੋਂ ਤਾਂ ਅਸੀਂ ਖਜ਼ਾਨਾ ਜਿਹੜਾ ਹੌਲੀ ਹੌਲੀ ਕੱਢਾਂਗੇ 50+ ਵਾਲੇ, ਧੀਰੇ ਧੀਰੇ ਤੁਹਾਨੂੰ ਮਤਲਬ ਅਸੀਂ ਤੁਹਾਡਾ, ਤੁਹਾਡੇ ਨਾਲ ਅੱਜ ਤੁਸੀਂ ਇੰਨਾ ਸਾਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ। ਔਰ ਅਸੀਂ ਚਾਹਾਂਗੇ ਕਿ ਤੁਹਾਡੇ ਤੋਂ ਬਾਰ ਬਾਰ ਅਸੀਂ ਨਵੀਆਂ ਨਵੀਆਂ ਚੀਜ਼ਾਂ ਦੇ ਉੱਪਰ, ਜਿੱਦਾਂ ਅੱਜ ਅਸੀਂ ਪਲਾਂਟ ਦੀ ਗੱਲ, ਪਲਾਂਟੇਸ਼ਨ ਦੀ ਗੱਲ ਕੀਤੀ ਹੈਗੀ ਆ, ਅਤੇ ਆਉਣ ਵਾਲੇ ਸਮੇਂ 'ਚ ਹੋਰ ਜਿਹੜੀਆਂ ਤੁਹਾਡੀਆਂ ਯੂਜ਼ਫੁਲ ਟਿਪਸ ਹੈਗੀਆਂ ਦਰਸ਼ਕਾਂ ਨੂੰ ਸਾਂਝਾ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।